जलंधर नैशनल हाईवे ते उस वेले एक बड़ा हादसा होने टल गया जदों एक ट्रैक्टर चालक वालों ब्रेक लगा के एक निजी स्कूल के बच्चों को रोड पार करदिया हादसे का शिकार होने तो बचा लिया, जिस दौरान ट्रैक्टर ते ट्राली हादसाग्रस्त हो गई। मिली जानकारी अनुसार नैशनल हाईवे ते स्थित स्कूल के बच्चे दौड़ के रोड पार कर रहे सन, जिन्होंने बचाते हुए ट्रैक्टर चालक अपना संतुलन खो बैठा, पर ट्रैक्टर चालक की सूझबूझ नाल वड्डा हादसा होने टल गया, पर जिस विच ट्रैक्टर बुरी तरह नुकसानिया गया। फगवाड़ा न्यूज टीवी तो शरणजीत सिंह सोनी की रिपोर्ट। शर्मा जी, ये थोड़ा एक्सीडेंट किदा होया? ते मैं इथे बच्चे नू खेला किते बाइक खेला किते बच्चे नू अंदर लेन दे लाई दे गया ते एंडे नू एक्सीडेंट होया ते इसे लोग ट्रैक्टर वाले ने भी बच्चे नू बचाण दी कोशिश ते एक्सीडेंट होया, बच्चे क्रॉस कर रहे थे। कोई जानी नुकसान तो नहीं हुआ? जानी नुकसान नहीं हुआ। ठीक है। ਕਿੰਨੇ ਕੁ ਵਜੇ ਦਾ ਸਮਾਂ ਹੋਇਆ? ਇਹ ਸਮਾਂ ਤੁਸੀਂ ਦੇਖ ਲਓ ਕਿੰਨਾ ਕੁ ਵਜੇ ਸਮੇਂ ਦਾ ਤਾਂ ਪਤਾ ਨਹੀਂ ਲੱਗਦਾ, ਅੱਧਾ ਪੌਣਾ ਘੰਟਾ ਪਹਿਲਾਂ ਦੀ ਗੱਲ ਹੈ। ਅਤੇ ਬੰਦਿਆਂ ਦਾ ਬਚਾਅ ਹੈ? ਕੋਈ ਨੁਕਸਾਨ ਨਹੀਂ, ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ, ਜਾਨੀ ਕੋਈ ਨੁਕਸਾਨ ਨਹੀਂ, ਮਾਲੀ ਨੁਕਸਾਨ। ਹਾਂਜੀ, ਕੀ ਇਹ ਮਾਮਲਾ ਜਿਹੜਾ ਐਕਸੀਡੈਂਟ ਦੇਖਣ ਨੂੰ ਹੋਇਆ? ਸਾਰੇ ਬੱਚਿਆਂ ਨੂੰ ਬਚਾਉਂਦੇ ਹੋਏ ਉਦੋਂ ਇਹ ਹਿੱਪਨ ਹੋਣ ਲੱਗਾ, ਬਚ ਗਿਆ। ਕਿਉਂਕਿ 25-30 ਨਿਆਣਿਆਂ ਦੀ ਜ਼ਿੰਦਗੀ ਦਾ ਬਚਾਅ ਕੀਤਾ ਬੰਦੇ ਡਰਾਈਵਰ ਨੇ, ਕਿਉਂਕਿ ਜਦੋਂ ਮਰਜ਼ੀ ਜਦੋਂ ਸਕੂਲ ਓਪਨ ਟਾਈਮ ਸਕੂਲ ਕਲੋਜ਼ ਟਾਈਮ ਦੋਨੇ ਸੜਕਾਂ ਨਿਆਣੇ ਇਸ ਹਾਈਵੇ ਉੱਪਰ ਦੀ ਕਰੋਸ ਕਰਦੀਆਂ ਹੈਗੀਆਂ। ਲੇਕਿਨ ਇਹ ਪ੍ਰਸ਼ਾਸਨ ਨੂੰ ਚਾਹੀਦਾ, ਸਕੂਲ ਵਾਲਿਆਂ ਨੂੰ ਚਾਹੀਦਾ ਵੀ ਇਹ ਚੀਜ਼ਾਂ ਬੰਦ ਹੋਣ ਚਾਹੀਦੀਆਂ ਹੈਗੀਆਂ। ਕੋਈ ਸੱਟ ਜੋੜ ਤਾਂ ਨਹੀਂ ਲੱਗੀ ਡਰਾਈਵਰ ਵਗੈਰਾ? ਡਰਾਈਵਰ ਬਚਾਅ ਹੈਗਾ, ਬੱਚਿਆਂ ਦਾ ਬਚਾਅ, ਬੱਚਿਆਂ ਦਾ ਬਚਾਅ ਕੀਤਾ। ਇਹ ਮਤਲਬ ਜੀ ਕਿੱਧਰੋਂ ਕਿੱਧਰ ਜਾ ਰਿਹਾ ਸੀਗਾ? ਇਹ ਆਪਣੇ ਫਗਵਾੜੇ ਤੋਂ ਜਲੰਧਰ ਜਾ ਰਿਹਾ ਸੀਗਾ। ਕੀ ਕਾਹਦਾ ਸੀਗਾ ਇਹ ਜੀ? ਇਹ ਆਪਣੇ ਕੰਕਰੀਟ ਦੂਜੀ ਆਪਣੇ ਇੰਟਰਲੋਕ ਆ। ਸਰ, ਮੇਰਾ ਨਾਂ ਏ ਐੱਸ ਪਰਮਜੀਤ ਸਿੰਘ। ਹਾਂਜੀ, ਇੱਥੋਂ ਪਹਿਲਾਂ ਵੀ ਇਹ ਕੰਪਲੇਂਟਾਂ ਮਿਲੀਆਂ ਵੀ ਬੱਚੇ ਜਿਹੜੇ ਆ ਇਹ ਰੇਲਿੰਗ ਜਿਹੜੀ ਕ੍ਰੋਸ ਕਰਕੇ ਬਾਹਰ ਜਾਂਦੇ ਆ, ਰੇਲਿੰਗ ਥਾਂ ਥਾਂ ਤੋਂ ਟੁੱਟੀ ਹੋਈ। ਇਹਨੂੰ ਸਕੂਲ ਵਾਲਿਆਂ ਨੂੰ ਚਾਹੀਦਾ ਵੀ ਰੇਲਿੰਗ ਜਿਹੜੀ ਆ, ਰੇਲਿੰਗ ਤੁਹਾਡੇ ਸਾਹਮਣੇ ਸਾਫ਼ ਹੋਣੀ ਚਾਹੀਦੀ ਆ। ਬੱਚਿਆਂ ਨੂੰ ਸਕੂਲ ਦੇ ਅੰਦਰੋਂ ਹੀ ਕੋਈ ਜਿੱਥੇ ਜਿੱਥੇ ਉਹਨਾਂ ਜਾਣਾ ਹੁੰਦਾ ਉੱਥੇ ਉੱਥੇ ਭੇਜਿਆ ਜਾਵੇ, ਅਤੇ ਬਾਹਰ ਆਉਣ ਨਾਲ ਹੁਣ ਬੱਚਿਆਂ ਨੂੰ ਬਚਾਉਣ ਦੀ ਖਾਤਰ वजह हैगी ਲੋਕੀ ਇੱਥੇ ਕੋਈ ਕੱਟਣਾ ਨੇੜੇ ਨਾ ਹੋਣ ਕਰਕੇ ਬਹੁਤ ਸਾਰੇ ਬੱਚਿਆਂ ਦੇ ਪੇਰੈਂਟਸ ਔਰ ਆਟੋ ਵਾਲੇ ਸੜਕ ਦੇ ਦੂਜੇ ਪਾਸੇ ਆਪਣੇ ਆਟੋ ਜਾਂ ਵਾਹੀਕਲ ਖੜ੍ਹੇ ਕਰਕੇ ਬੱਚਿਆਂ ਨੂੰ ਸੜਕ ਦੇ ਹਾਈਵੇ ਤੋਂ ਕ੍ਰੋਸ ਕਰਾਉਂਦੇ ਆ। ਜਗ੍ਹਾ ਜਗ੍ਹਾ ਤੋਂ ਰੇਲਿੰਗ ਟੁੱਟੀ ਹੈ ਉੱਥੇ ਲੱਕੀ ਕ੍ਰੋਸਿੰਗ ਹੋਣ ਦੇ ਕਰਕੇ, ਅੱਜ ਵੀ ਹੋਇਆ ਵੀ 5-6 ਬੱਚੇ ਦੌੜ ਕੇ ਸੜਕ ਪਾਰ ਕਰਨ ਲੱਗ ਗਏ ਅਤੇ ਜਿਹਦੇ ਕਰਕੇ ਟਰੈਕਟਰ ਵਾਲੇ ਨੇ ਬ੍ਰੇਕ ਮਾਰੀ ਅਤੇ ਟਰੈਕਟਰ ਦਾ ਸੰਤੁਲਨ ਜਿਹੜਾ ਆ ਵਿਗੜ ਗਿਆ ਅਤੇ ਬਹੁਤ ਭਾਰੀ ਨੁਕਸਾਨ ਹੋਇਆ ਬੱਚਿਆਂ ਦਾ, ਬਚ ਗਿਆ ਪਰ ਟਰੈਕਟਰ ਦਾ ਅਤੇ ਮਸ਼ੀਨਰੀ ਦਾ ਬਹੁਤ ਨੁਕਸਾਨ ਹੋਇਆ। ਪਰ ਉਹਨਾਂ ਦਾ ਫਿਰ ਵੀ ਟਰੈਕਟਰ ਵਾਲੇ ਦਾ ਬਹੁਤ ਹੌਸਲਾ, ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਬੱਚਿਆਂ ਦਾ ਨੁਕਸਾਨ ਬਚ ਗਿਆ। ਇੱਥੇ ਪੇਰੈਂਟਸ ਨੂੰ ਵੀ ਗੁਜ਼ਾਰਿਸ਼ ਕਰਦੇ ਹਾਂ ਵੀ ਸਕੂਲ ਮੈਨੇਜਮੈਂਟ ਨੂੰ ਕਹਿ ਕੇ ਜਾਂ ਤਾਂ ਬੱਚਿਆਂ ਨੂੰ ਸਕੂਲ ਤੋਂ ਅੰਦਰ ਤੋਂ ਜਿਹੜਾ ਮਤਲਬ ਕਿ ਵਾਹੀਕਲ 'ਤੇ ਜਿਹੜਾ ਆ ਉਹਨਾਂ ਨੂੰ ਬਿਠਾਇਆ ਜਾਵੇ ਜਾਂ ਕੋਈ ਇੱਥੇ ਕੋਈ ਇੱਦਾਂ ਦਾ ਪ੍ਰਬੰਧ ਕੀਤਾ ਜਾਵੇ ਵੀ ਬੱਚੇ ਸੜਕ ਨਾ ਪਾਰ ਕਰਨ, ਹਾਈਵੇ ਚੱਲਦਾ
ਤੇ ਇਦਾਂ ਦੇ ਘਟਨਾਵਾਂ ਨੂੰ ਰੋਕਿਆ ਜਾ। ਡਰਾਈਵਰ ਔਰ ਬੱਚੇ ਸਭ ਠੀਕ ਠਾਕ? ਸਭ ਠੀਕ ਆ ਜੀ। ਇਸ ਤੇ ਪਰਮਾਤਮਾ ਦਾ ਸ਼ੁਕਰ ਹੈ ਕਿ ਸਾਰਿਆਂ ਦੀ ਜਾਨੀ ਜਿਹੜਾ ਨੁਕਸਾਨ। ਪੁਲਿਸ ਸੂਚਨਾ ਦਿੱਤੀ ਤੁਸੀਂ? ਹਾਂਜੀ ਹਾਂਜੀ, ਪੁਲਿਸ ਆਈ ਸੀਗੀ ਜੀ ਹੁਣੇ। ਐਸ ਐਚ ਓ ਮੈਡਮ ਜੀ ਆਏ ਸੀਗੇ, ਸਾਰੇ ਜਣੇ ਇੱਥੇ ਜਿਹੜੇ ਆ ਮੌਕੇ ਤੋਂ ਜਿਹੜੀ ਹੈ ਲੈ ਕੇ ਗਏ ਆ ਇਨਫੋਰਮੇਸ਼ਨ, ਅਤੇ ਕਹਿੰਦੇ ਜੀ ਬਣਦੀ ਕਾਰਵਾਈ ਅਸੀਂ ਸਕੂਲ ਔਰ ਹਾਈਵੇ 'ਤੇ ਲਿਸਟ ਕਰਾਂਗੇ। ਥੈਂਕ ਯੂ। Subscribe now and press the bell icon. Never miss an update.